ਸਭ ਤੋਂ ਆਲਾ ਉਹ ਏ ਜਿਹੜਾ ਆਪਣੇ ਘਰ ਵਾਲਿਆਂ ਨਾਲ ਆਲਾ, ਜਿਹੜਾ ਆਪਣੀ ਸੌਜਾ ਨਾਲ ਆਲਾ, ਜਿਹੜਾ ਆਪਣੀ ਬੀਵੀ ਨਾਲ ਆਲਾ, ਜਿਹਦਾ ਕਿਰਦਾਰ ਆਪਣੇ ਬੱਚਿਆਂ ਨਾਲ ਆਲਾ। ਵੀਰਾ ਦੁਕਾਨਦਾਰੀ ਕਰਨਾ ਏ ਨਾ ਜੇ ਕਾ ਕਾ ਜਾਏ ਤੇ ਜੀ ਜੀ ਕਰਨਾ ਏ, ਅੱਗੇ ਪਿੱਛੇ ਮੁਸਕੁਰਾ ਕੇ ਮਿਲਣਾ ਏ। ਜੀ ਅਦਰ ਤਾਂ ਬੈਠੋ ਜੀ, ਕੀ ਲਵੋਗੇ ਤੇ ਕੀ ਖਾਓਗੇ ਜੀ, ਇਹ ਕੱਪੜਾ ਬੜਾ ਲਾਏ। ਇੱਕ ਸੂਟ ਲੈਣਾ ਜੇ ਸੌ ਸੂਟ ਵੀ ਉਹ ਖਲਵਾ ਲਵੇ ਤੇ ਮੁਸਕੁਰਾਉਂਦਾ ਹੀ ਰਹਿਣਾ ਏ। ਲੜਦਾ ਨਹੀਂ ਉਹਦੇ ਨਾਲ, ਬਦਤਮੀਜ਼ੀ ਨਹੀਂ ਕਰਦਾ ਉਹ। ਵੀਰਾ ਇਹ ਨਬੀ ਪਾਕ ਸੱਲੱਲਾ ਅਲੈਹਿ ਵਸੱਲਮ ਦੀ ਹਦੀਸ ਏ। ਦੁਕਾਨਦਾਰੀ ਕਰਨ ਵਾਸਤੇ ਤੇ ਅਖਲਾਕ ਬਣਾਉਣਾ, ਕਿਰਦਾਰ ਬਣਾਉਣਾ, ਜਿਵੇਂ ਦੁਕਾਨ ਚਲਾਉਣ ਵਾਸਤੇ ਚੰਗਾ ਅਖਲਾਕ ਜ਼ਰੂਰੀ ਏ, ਇਸੇ ਤਰ੍ਹਾਂ ਮਿਨਵਾਲ ਆਪਣੇ ਘਰ ਦਾ ਨਿਜ਼ਾਮ ਚਲਾਉਣ ਵਾਸਤੇ ਵੀ ਅਖਲਾਕ ਜ਼ਰੂਰੀ ਏ, ਕਿਰਦਾਰ ਜ਼ਰੂਰੀ ਏ। ਕਿੱਡਾ ਬਦਬਖਤ ਤੇ ਜ਼ਾਲਮ ਇਨਸਾਨ ਏ ਜਿਹੜਾ ਆਪਣੀ ਬੀਵੀ ਨਾਲ ਬਦਤਮੀਜ਼ੀ ਕਰਦਾ ਏ, ਜਿਹੜਾ ਆਪਣੀ ਬੀਵੀ ਨਾਲ ਜ਼ੁਲਮ ਕਰਦਾ ਏ। ਜ਼ਾਲਮ ਏ ਉਹ ਬੰਦਾ, ਉਸ ਘਰ ਚ ਬਰਕਤ ਨਹੀਂ ਆਉਂਦੀ ਜਿਸ ਘਰ ਦੇ ਅੰਦਰ ਬਦਤਮੀਜ਼ੀ ਉਹਦੀ ਔਰਤ ਦੇ ਨਾਲ ਕੀਤੀ ਜਾਏ। ਯਾਰ ਕਾਦੀ ਜ਼ਰੂਰਤ ਮੰਦੀ ਏ, ਜ਼ਮਾਨੇ ਦਾ ਪੁਸਤਲ ਤੇ ਜ਼ਲੀਲ ਇਨਸਾਨ ਏ ਜਿਹੜਾ ਆਪਣੀ ਬੇਗਮ ਦੇ ਨਾਲ, ਬੀਵੀ ਨਾਲ ਬਦਤਮੀਜ਼ੀ ਕਰਦਾ ਏ। ਉਹ ਵੀਰਾ ਇਹ ਤੇ ਤੇਰੀ ਮਤਾਗਤ ਏ, ਇਹ ਤੇ ਤੇਰੇ ਘਰ ਦੀ ਸਰਦਾਰ ਏ, ਇਹ ਤੇ ਤੇਰੇ ਬੱਚਿਆਂ ਦੀ ਜੰਨਤ ਏ, ਇਹ ਤੇ ਤੇਰੀ ਇੱਜ਼ਤ ਏ, ਇਹ ਤੇ ਤੇਰੀ ਗੈਰਤ ਏ। ਇਹਦੀ ਇੱਜ਼ਤ ਨਹੀਂ ਕਰੇਗਾ ਤੇ ਦੱਸ ਤੇਰੀ ਇੱਜ਼ਤ ਕੌਣ ਕਰੇਗਾ। ਇਹਦੇ ਨਾਲ ਪਿਆਰ ਕਰਿਆ ਕਰ। ਮੁਸਤਫਾ ਨੇ ਫਰਮਾਇਆ ਸਭ ਤੋਂ ਆਲਾ ਹੋਏ ਜਿਹੜਾ ਅਖਲਾਕ ਵਿੱਚ ਆਲਾ, ਸਭ ਤੋਂ ਆਲਾ ਹੋਏ ਜਿਹੜਾ ਆਪਣੇ ਘਰ ਵਾਲਿਆਂ ਨਾਲ ਅੱਛਾ ਅਖਲਾਕ ਰੱਖਦਾ।